ਸਤਿ ਸ਼੍ਰੀ ਅਕਾਲ ਜੀ, ਮੇਰੇ ਯੂਟਿਊਬ ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਜੀ, ਔਰ ਧੰਨਵਾਦ ਕਰਦੇ ਹਾਂ। ਪਿਛਲੀ ਵੀਡੀਓ 'ਚ ਬਹੁਤ ਸਾਰਾ ਮੇਰੇ ਵੀਰਾਂ ਨੇ ਪਿਆਰ ਦਿੱਤਾ, ਔਰ ਬੜੇ ਵੀਰ ਦੂਰੋਂ ਦੂਰੋਂ ਆਣ ਕੇ ਕਾਰਾਂ ਵੀ ਲੈ ਕੇ ਜਾਂਦੇ ਆ ਔਰ ਬੁਕਿੰਗ ਵੀ ਕਰਾਉਂਦੇ ਆ, ਔਰ ਬਾਹਰਲੇ ਵੀਰ ਵੀ ਮੇਰੇ ਬੁਕਿੰਗ ਕਰਾ ਰਹੇ ਆ, ਕੁਛ ਬਾਹਰੋਂ ਵੀ ਪੈਸੇ ਭੇਜ ਕੇ ਕਾਰਾਂ ਆਪਣੇ ਫੈਮਿਲੀ ਨੂੰ ਦੇ ਰਹੇ। ਉਹਨਾਂ ਵੀਰਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਔਰ ਸਾਡਾ ਯੂਟਿਊਬ ਚੈਨਲ ਤਾਂ ਸਾਡੇ ਵੀਰ ਦੇਖ ਰਹੇ ਆ, ਔਰ ਸਾਡਾ ਇੰਸਟਾਗ੍ਰਾਮ ਦਾ ਚੈਨਲ ਜੋ ਕਿ ਭੰਡਾਰੀ ਕਾਰਬਾਰ ਦੇ ਨਾਂ 'ਤੇ ਆ, ਉਹਨੂੰ ਵੀ ਜ਼ਰੂਰ ਦੇਖੋ, ਕਿਉਂਕਿ ਉੱਥੇ ਡੇਲੀ ਸਵੇਰੇ ਔਰ ਸ਼ਾਮੀ ਦੋ ਰੀਲ ਪੈ ਰਹੀ ਹੈ, ਜਿਹ 'ਚ ਨਵਾਂ ਸਟੋਕ ਡੇਲੀ ਹੀ ਪੈ ਰਿਹਾ, ਅਪਡੇਟ ਹੋ ਰਿਹਾ, ਕਿਉਂਕਿ ਸਾਡੇ ਵੀਰ ਕਹਿੰਦੇ ਯੂਟਿਊਬ 'ਤੇ ਵੀਡੀਓ ਘੱਟ ਜਾ ਰਹੀ ਹੈ, ਕਿਉਂਕਿ ਇਸ ਟਾਈਮ ਯੂਟਿਊਬ 'ਤੇ ਟਾਈਮ ਲੱਗ ਰਿਹਾ ਵੀਡੀਓ ਦੇਖਣ ਨੂੰ ਵੀ ਜਾਂ ਸ਼ੇਅਰ ਕਰਨ ਨੂੰ ਵੀ। ਇੰਸਟਾਗ੍ਰਾਮ 'ਤੇ ਡੇਲੀ ਸਟੋਕ ਡੇਲੀ ਤੁਸੀਂ ਚੈੱਕ ਕਰ ਸਕਦੇ ਹਾਂ। ਔਰ ਸਟੋਕ ਦੀ ਗੱਲ ਕਰੀਏ, ਸਟੋਕ ਤੁਹਾਡੇ ਵੀਰਾਂ ਵਾਸਤੇ ਬਹੁਤ ਆ, ਯਾਨੀ ਇੱਕ ਨਹੀਂ ਦੋ ਨਹੀਂ ਆਪਾਂ ਇਹ ਕਹਿ ਸਕਦੇ, 300 ਕਾਰ ਦਾ ਆਪਣੇ ਕੋਲ ਸਟੋਕ ਆ। ਤੁਸੀਂ ਦੇਖ ਸਕਦੇ ਹੋ, ਜੇ ਤੁਸੀਂ ਆਈ20 ਦੇਖਣੀਆਂ ਘੱਟੋ ਘੱਟ ਆਪਾਂ ਨੂੰ ਤੁਹਾਨੂੰ ਇੱਕ ਨਹੀਂ 50 ਆਈ20 ਇੱਕੋ ਛੱਤ 'ਤੇ ਦਿਖਾ ਸਕਦੇ ਹਾਂ ਜੀ, ਭੰਡਾਰੀ ਕਾਰਬਾਰ ਭੋਗਪੁਰ। ਔਰ ਕਰੇਟਾਂ ਦੇਖਣੀਆਂ ਤੁਹਾਨੂੰ ਇੱਥੇ ਹੀ ਆਪਾਂ ਭੰਡਾਰੀ ਕਾਰਬਾਰ ਹੀ ਘੱਟੋ ਘੱਟ 20-25 ਕਰੇਟਾਂ ਦਿਖਾ ਦਾਂਗੇ। ਜੇ ਤੁਸੀਂ ਬਰੀਜ਼ਾ ਦੇਖਣੀਆਂ ਨਿਊ ਸ਼ੇਪ ਪੁਰਾਣੀ ਸ਼ੇਪ ਦੇ ਵਿੱਚ, ਬਰੀਜ਼ਾ ਵੀ ਤੁਹਾਨੂੰ ਆਪਾਂ 20-25 ਇੱਕੋ ਛੱਤ ਦੇ ਥੱਲੇ ਦਾ ਦਿਖਾ ਸਕਦੇ ਹਾਂ। ਔਰ ਗੱਲ ਕਰੀਏ ਵੀ ਆਪਾਂ ਇਹਨਾਂ ਕਾਰਾਂ ਉੱਤੇ ਲੋਨ ਕਿੰਨਾ ਕਰ ਸਕਦੇ ਹਾਂ ਜੀ, ਲੋਨ 20 ਕਰਾਂਗੇ ਸਰ, ਸਿਰਫ 20% ਤੁਸੀਂ ਡਾਊਨ ਪੇਮੈਂਟ ਦੇਣੀ, 80% ਇਹਨਾਂ ਕਾਰਾਂ ਦੇ ਉੱਤੇ ਆਪਾਂ ਲੋਨ ਕਰਕੇ ਦੇਵਾਂਗੇ। ਰੇਟ ਔਨ ਇੰਟਰਸਟ ਵੀ ਬਹੁਤ ਘੱਟ ਹੈ ਇਸ ਟਾਈਮ, ਬੈਂਕਾਂ ਦਾ ਆਪਾਂ ਅਪਰੂਵਲਾਂ ਲਈਆਂ ਪਈਆਂ, ਸਿਰਫ 1,00,000 ਰੁਪਏ ਨੂੰ 6,500-7,000 ਰੁਪਇਆ ਵਿਆਜ ਹੈ ਜੀ, 1 ਸਾਲ ਦਾ, ਕਿਉਂਕਿ ਕਈ ਵੀ ਸਾਡੇ ਕਮੈਂਟ ਕਰਦੇ ਵੀ ਪਤਾ ਨਹੀਂ ਮਹੀਨੇ ਦਾ ਵਿਆਜ ਆ, 1,00,000 ਰੁਪਏ ਨੂੰ 1 ਸਾਲ ਦਾ 6,500-7,000 ਰੁਪਏ ਵਿਆਜ ਆ। ਉਹ ਤੁਹਾਡਾ ਪੇਪਰ ਡਾਕੂਮੈਂਟ ਚੈੱਕ ਕਰਕੇ, ਸਿਬਲ ਸਕੋਰ ਚੈੱਕ ਕਰਕੇ, ਔਰ ਆਪਣੇ ਡਾਕੂਮੈਂਟ ਪੂਰੇ ਨਾਲ ਲੈ ਕੇ ਆਓ, ਸੇਮ ਡੇ ਹੀ ਲੋਨ ਕਰਕੇ ਦੇਵਾਂਗੇ। ਔਰ ਆਪਾਂ ਇੱਕ ਹੋਰ ਗੱਲ ਕਰੀਏ, ਸਾਡੇ ਵੀਰ ਕਈ ਕਮੈਂਟ ਬਹੁਤ ਮਾੜੇ ਵੀ ਕਰਦੇ ਆ, ਚੰਗੇ ਵੀ ਕਰਦੇ ਆ, ਮਾੜੇ ਵੀ ਵਾਸਤੇ ਮਾੜਿਆਂ ਵਾਸਤੇ ਵੀ ਬਹੁਤ ਧੰਨਵਾਦ, ਜਿਹੜੇ ਸਾਡੇ ਵਾਸਤੇ ਟਾਈਮ ਕੱਢਦੇ, ਸਾਡੀ ਵੀਡੀਓ ਦੇਖਦੇ ਅਤੇ ਸਾਡੇ ਵਾਸਤੇ ਮਾੜਾ ਕਮੈਂਟ ਵੀ ਕਰਦੇ, ਉਹਨਾਂ ਵਾਸਤੇ ਵੀ ਥੈਂਕਸ ਜੀ। ਪਰ ਆਪਾਂ ਇਹ ਗੱਲ ਉਹਨਾਂ ਨੂੰ ਜ਼ਰੂਰ ਕਹਾਂਗੇ ਵੀ ਦੇਖੋ, ਹੋ ਸਕਦਾ ਕੋਈ ਸਾਡੇ ਭੈਣਾਂ ਵੀ ਜਾਂ ਸਾਡੀਆਂ ਕੋਈ ਰਿਸ਼ਤੇਦਾਰ ਵੀ ਤੁਹਾਡੇ ਕੋਈ ਦੇਖ ਸਕਦੇ ਆ ਵੀਡੀਓ, ਹੈ ਨਾ, ਨਾਂ ਲਿਖਿਆ ਕਰੋ, ਕਿਉਂਕਿ ਉਹ ਸਾਡੀਆਂ ਭੈਣਾਂ ਜ਼ਰੂਰ ਵੀਡੀਓ ਦੇਖਦੀਆਂ ਆ, ਉਹਨਾਂ ਵਾਸਤੇ ਥੋੜ੍ਹਾ ਜਿਹਾ ਧਿਆਨ ਰੱਖ ਕੇ ਕਮੈਂਟ ਦੇਖ ਕੇ ਲਿਖਿਆ ਕਰੋ। ਜੇ ਸਾਡੀ ਕੋਈ ਗੱਡੀ ਤੁਹਾਨੂੰ ਕੋਈ ਮਹਿੰਗੀ ਲੱਗਦੀ ਨਾ, ਸਾਡੀ ਕਾਰ ਨੂੰ ਇੱਕ ਵਾਰੀ ਆਣ ਕੇ ਆਪਣੀ ਕਾਰ ਨਾਲ, ਜਿਹੜੀ ਕਾਰ ਨਾਲ ਤੁਸੀਂ ਦੇਖਦੇ ਆ ਵੀ ਉਹ ਕਾਰ ਦਿੱਲੀ ਨੰਬਰ ਦੀ ਆ ਜਾਂ ਪੰਜਾਬ ਦੀ ਆ ਜਾਂ ਸਾਡੀ ਕਾਰ ਨਾਲ, ਇੱਕ ਵਾਰੀ ਉਹਦਾ ਕਰਕੇ ਦੇਖੋ ਸਾਡੀ ਕਾਰ ਦਾ ਫਰਕ ਅਤੇ ਤੁਹਾਡੀ ਕਾਰ ਦਾ ਕੀ ਫਰਕ ਆ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਸਾਡੀ ਕਾਰ ਕਿਉਂ ਮਹਿੰਗੀ ਆ, ਸਾਡੀ ਕਾਰ ਘੱਟ ਚੱਲੀ ਆ, ਫਸਟ ਓਨਰ ਆ, ਪੇਂਟ ਨਹੀਂ ਹੋਏਗੀ, ਓਰੀਜਨਲ ਹੋਏਗੀ, ਠੀਕ ਹੈ ਜੀ, ਜੈਨੂਇਨ ਮੀਟਰ ਹੋਏਗਾ, ਇਹਨਾਂ ਚੀਜ਼ਾਂ ਦਾ ਫਰਕ ਪੈਂਦਾ, ਠੀਕ ਹੈ ਜੀ, ਬਹੁਤ ਚੀਜ਼ਾਂ ਦਾ ਫਰਕ ਪੈਂਦਾ, ਤੁਸੀਂ ਇਹਨਾਂ ਚੀਜ਼ਾਂ ਨੂੰ ਨੋਟ ਕਰਿਆ ਕਰੋ, ਫਿਰ ਉਸ ਤੋਂ ਬਾਅਦ ਤੁਸੀਂ ਜੋ ਕਹਿਣਾ ਲਿਖ ਸਕਦੇ ਆ, ਉਹ ਵੀ ਆਪਣੇ ਸਿਰ ਮੱਥੇ ਆ। ਅਤੇ ਦੂਜੀ ਗੱਲ ਕਰੀਏ ਵੀ ਜਦੋਂ ਵੀ ਕਿਸੇ ਕੋਲ ਕਾਰ ਲੈਂਦੇ ਹਾਂ, ਚਾਹੇ ਉਹ ਪੰਜਾਬ 'ਚੋਂ ਚਾਹੇ ਉਹ ਬਾਹਰੋਂ, ਅੱਜ ਕੱਲ੍ਹ ਦਾ ਮਾਹੌਲ ਇਹ ਕਹਿੰਦਾ, ਅਗਲੇ ਦਾ ਇਹ ਦੇਖੋ ਗੁੱਸਾ ਬਹੁਤ ਲੱਗਣਾ ਮੇਰੀ ਗੱਲ ਦਾ, ਹੁਣ ਹੋ ਸਕਦਾ ਮੇਰੇ ਡੀਲਰ ਵੀਰਾਂ ਨੂੰ ਵੀ ਲੱਗੇ ਅਤੇ ਬਹੁਤ ਬਾਕੀਆਂ ਨੂੰ ਲੱਗਣਾ। ਪਹਿਲਾਂ ਤਾਂ ਉਸ ਬੰਦੇ ਨੂੰ ਇਹ ਜ਼ਰੂਰ ਦੇਖੋ, ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਵੀ ਹੇਰਾਫੇਰੀ ਬਹੁਤ ਜ਼ਿਆਦਾ ਚੱਲ ਰਹੀ, ਜ਼ਰੂਰ ਪੁੱਛੋ ਵੀ ਉਸ ਬੰਦੇ ਦੇ ਜਿਹੜੇ ਜਿੱਥੇ ਉਹ ਕਾਰਬਾਰ ਕਰਦਾ, ਆਪਣੀ ਜਗ੍ਹਾ ਆ ਕਿ ਰੈਂਟ 'ਤੇ ਬੈਠਾ, ਕਿ ਰੈਂਟ 'ਤੇ ਵੀ ਹੈਗਾ ਕਿ ਕਿਸੇ ਨਾਲ ਭਾਈਵਾਲੀ 'ਚ ਬੈਠਾ, ਕਾਰਬਾਰ ਦੀ ਅਗਰ ਉਹ ਲਿਸਟ ਦਿੰਦਾ ਤੁਹਾਨੂੰ ਲੈਟਰ ਹੈਡ ਦੇ ਉੱਤੇ ਕੋਲ ਲਿਖਾਓ ਵੀ ਤੂੰ ਕਾਰ ਵੇਚ ਰਿਹਾ ਅਤੇ ਪੈਸੇ ਤੂੰ ਲੈ ਰਿਹਾ, ਉਹ ਆਪਣੇ ਲੈਟਰ ਹੈਡ 'ਤੇ ਲਿਖ ਦਵੇ ਵੀ ਮੈਂ ਤੁਹਾਨੂੰ ਕਾਰ ਵੇਚ ਰਿਹਾ
ਅਤੇ ਮੈਂ ਪੈਸੇ ਲੈ ਰਿਹਾ ਜੀ, ਮੇਰੀ ਕੱਲ੍ਹ ਨੂੰ ਕੋਈ ਗੱਲਬਾਤ ਨਿਕਲਦੀ, ਪੈਸੇ ਮੈਂ ਮੋੜਾਂਗਾ ਵਾਪਸ। ਕਿਉਂਕਿ ਹੁੰਦਾ ਕੀ ਆ, ਉੱਪਰਲੇ ਬੰਨੇ ਆਸ ਦੇ ਨਾਂ ਲਿਖ ਦਿੰਦੇ, ਤੁਹਾਡਾ ਲਿਖ ਕੇ ਤੁਹਾਨੂੰ ਰਸੀਦ ਮੋੜ ਦਿੰਦੇ, ਲਓ ਜੀ ਸੈਨ ਤੁਹਾਡੇ ਹੋ ਗਏ। ਕਦੀ ਉਹਨਾਂ ਦੇ ਵੀ ਸੈਨ ਕਰਾਓ, ਕਾਰਬਾਰ ਦੀ ਮੋਹਰ ਲਵਾਓ ਵੀ ਹਾਂ ਵੀ ਮੈਂ ਤੁਹਾਨੂੰ ਪੈਸੇ ਦਿੱਤੇ ਅਤੇ ਜ਼ਿੰਮੇਵਾਰ ਵੀ ਤੁਸੀਂ ਆ। GST ਨੰਬਰ ਦਾ ਬਿੱਲ ਲਓ, ਪਤਾ ਲੱਗੇ ਵੀ ਹਾਂ ਵੀ ਇਹ ਬੰਦਾ GST ਹੋਲਡਰ ਆ, ਕੱਲ੍ਹ ਨੂੰ ਕਿਤੇ ਭੱਜਦਾ ਵੀ ਹੈ ਨਾ ਅਤੇ ਆਪਾਂ ਇਹਨੂੰ ਫੜ ਸਕਦੇ ਹਾਂ। ਜਦੋਂ GST ਨੰਬਰ ਹੀ ਨਹੀਂ ਹੈਗਾ, ਇਹਦਾ ਮਤਲਬ ਪੰਜਾਬ 'ਚ ਕੰਮ 2 ਨੰਬਰ 'ਚ ਹੀ ਕਰ ਰਿਹਾ। ਇਸ ਕਰਕੇ ਇਹਨਾਂ ਚੀਜ਼ ਦਾ ਖਿਆਲ ਜ਼ਰੂਰ ਰੱਖੋ, ਤੁਹਾਡੇ ਪੈਸੇ ਆ ਕੋਈ ਠੀਕਰੀਆਂ ਨਹੀਂ ਜਿਹੜੀਆਂ ਤੁਸੀਂ ਐਂ ਕਰਕੇ ਕਿਸੇ ਨੂੰ ਫੜਾ ਆਉਂਦੇ ਆ, ਜ਼ਰੂਰ ਇਹ ਚੀਜ਼ਾਂ ਦਾ ਖਿਆਲ ਰੱਖੋ। ਅੱਜ ਮੇਰੀ ਇਸ ਗੱਲ ਦਾ ਮੇਰੇ ਵੀਰਾਂ ਨੂੰ ਬਹੁਤ ਜ਼ਿਆਦਾ ਗੁੱਸਾ ਲੱਗ ਜਾਣਾ, ਚੀਜ਼ਾਂ ਦਾ ਖਿਆਲ ਜ਼ਰੂਰ ਰੱਖੋ ਕਿਉਂਕਿ ਹੇਰਾਫੇਰੀ ਇਸ ਟਾਈਮ ਪੰਜਾਬ 'ਚ ਬਹੁਤ ਜ਼ਿਆਦਾ ਹੋ ਰਹੀ ਆ, ਬਹੁਤ ਹੀ ਜ਼ਿਆਦਾ ਹੋ ਰਹੀ ਆ, ਥੋੜ੍ਹੀ ਨਹੀਂ ਹੋ ਰਹੀ। ਆਪਣੇ ਪੈਸਿਆਂ ਨੂੰ ਸਹੀ ਤਰੀਕੇ ਨਾਲ ਸਹੀ ਜਗ੍ਹਾ 'ਤੇ ਲਾਓ। ਮੈਂ ਇਹ ਨਹੀਂ ਕਹਿੰਦਾ ਤੁਸੀਂ ਮੇਰੇ ਕੋਲ ਕਾਰ ਲਓ, ਪੂਰੇ ਪੰਜਾਬ 'ਚ ਬਹੁਤ ਮੇਰੇ ਤੋਂ ਵੱਡੇ ਵੱਡੇ ਵੀ ਕਾਰਬਾਰ ਬੈਠੇ ਆ। ਇਹ ਚੀਜ਼ ਨੂੰ ਜ਼ਰੂਰ ਆਪਣੇ ਧਿਆਨ 'ਚ ਰੱਖੋ, ਜ਼ਰੂਰ ਪੁੱਛੋ ਅਗਲੇ ਨੂੰ ਭਾਈ ਤੇਰੇ ਕੋਲ GST ਨੰਬਰ ਹੈਗਾ ਜਾਂ ਤੂੰ GST ਦਾ ਸਾਨੂੰ ਬਿੱਲ ਦੇ ਸਕਦਾ। ਇਹ ਚੀਜ਼ਾਂ ਦਾ ਖਿਆਲ ਰੱਖੋ। ਔਰ ਆਪਾਂ ਜ਼ਿਆਦਾ ਹੁਣ ਗੱਲਾਂ ਨਹੀਂ ਕਰਨੀਆਂ, ਸਟੋਕ ਦੀ ਗੱਲ ਕਰਦੇ ਹਾਂ। ਸਟੋਕ ਆਪਣੇ ਕੋਲ ਇੱਕ ਛੱਤ ਦੇ ਥੱਲੇ 200 ਤੋਂ 300 ਕਾਰ ਦਾ ਸਟੋਕ ਦਿਖਾਵਾਂਗੇ, ਠੀਕ ਹੈ ਜੀ। ਜਿਹਦੇ ਵਿੱਚ ਮੰਨ ਲਓ ਜੇ ਤੁਸੀਂ ਥਾਰਾਂ ਦੇਖਣੀਆਂ ਤੁਹਾਨੂੰ ਮੈਂ 20 ਥਾਰਾਂ ਦਿਖਾਵਾਂਗਾ, ਤੁਸੀਂ ਸਕੋਰਪੀਓ ਦੇਖਣੀਆਂ ਮੈਂ ਤੁਹਾਨੂੰ 20 ਸਕੋਰਪੀਓ ਦਿਖਾਵਾਂਗਾ, ਠੀਕ ਹੈ ਜੀ। I20 ਦੇਖਣੀਆਂ ਤੁਹਾਨੂੰ ਮੈਂ 50 I20 ਦਿਖਾਵਾਂਗਾ, ਵੈਨਿਊ ਦੇਖਣੀਆਂ ਮੈਂ 20 I20 ਦਿਖਾਵਾਂਗਾ। ਇੱਦਾਂ ਤੁਹਾਨੂੰ ਅੱਜ ਸਟੋਕ ਦਿਖਾਵਾਂਗੇ ਔਰ ਪੂਰੀ ਡਿਟੇਲ ਨਹੀਂ, ਜਾਣੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ, ਇਸ ਕਰਕੇ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਮੋਟਾ ਮੋਟਾ ਸਟੋਕ, ਪੂਰਾ ਸਟੋਕ ਦੇਖਣ ਵਾਸਤੇ ਸਾਡੇ ਨੀਚੇ 2 ਨੰਬਰ ਚੱਲਦੇ ਆ। ਇਹਨਾਂ ਦੇ ਉੱਤੇ ਵਟਸਐਪ 'ਤੇ ਤੁਸੀਂ ਜਾਣਾ, ਇੱਕ ਉੱਪਰਲੇ ਪਾਸੇ ਇੱਕ ਕੈਟਲੋਗ ਦਾ ਨਿਸ਼ਾਨ ਬਣਿਆ ਹੋਊਗਾ, ਉਹਨੂੰ ਟੱਚ ਕਰੋ, ਸਾਡਾ ਸਾਰਾ ਸਟੋਕ ਖੁੱਲ ਜਾਏਗਾ। ਇਕੱਲੀ ਇਕੱਲੀ ਕਾਰ ਦੀਆਂ 5-5, 6-6 ਸਨੈਪ ਰੇਟ ਐਂਡ ਮਾਡਲ, ਉਹ ਤੁਸੀਂ ਘਰ ਬੈਠੇ ਆਪਣੀ ਫੈਮਿਲੀ ਨਾਲ ਦੇਖ ਸਕਦੇ ਹਾਂ। ਜਿਹੜੀ ਕਾਰ ਤੁਹਾਨੂੰ ਪਸੰਦ ਆਉਂਦੀ ਫੋਨ 'ਤੇ ਸਾਡੇ ਨਾਲ ਡੀਲ ਕਰੋ, ਆਣ ਕੇ ਕਾਰ ਲੈ ਜਾਓ। ਇੱਥੇ ਆਣ ਕੇ ਤੁਹਾਨੂੰ ਕਾਰ ਨਹੀਂ ਚੰਗੀ ਲੱਗਦੀ, ਬੇਸ਼ੱਕ ਤੁਸੀਂ ਆਪਣਾ ਦਿੱਤਾ ਹੋਇਆ ਬਿਆਨਾ ਵੀ ਵਾਪਸ ਲੈ ਸਕਦੇ, ਜੋ ਕਿ ਪੂਰੇ ਪੰਜਾਬ 'ਚ ਕੋਈ ਨਹੀਂ ਡੀਲਰ ਕਰਦਾ। ਇੱਕ ਵਾਰੀ ਬਿਆਨਾ ਹੱਥ 'ਚ ਆ ਗਿਆ ਮੁੜ ਕੇ ਨਹੀਂ ਮੋੜਦੇ, ਆਪਾਂ ਮੋੜਾਂਗੇ ਕਿਉਂਕਿ ਜੈਨੂਨ ਤਰੀਕੇ ਨਾਲ ਹੀ ਕਾਰ ਵੇਚਦੇ ਹਾਂ। ਹੁਣ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਸਟੋਕ ਜੀ। ਇਹ ਥਾਰ ਜੀ 24 ਮਾਡਲ ਤੋਂ ਲੈ ਕੇ 21 ਮਾਡਲ ਤੱਕ ਆਟੋ ਐਂਡ ਮੈਨੂਅਲ ਸਾਰੀਆਂ ਤੁਸੀਂ ਦੇਖ ਸਕਦੇ ਹਾਂ। ਔਰ ਰੇਟ ਇਹਨਾਂ ਦਾ ਹੈਗਾ ਜੀ 12.5 ਲੱਖ ਰੁਪਏ ਤੋਂ ਲੈ ਕੇ 14.5 ਲੱਖ ਰੁਪਏ ਤੱਕ, ਆਟੋਮੈਟਿਕ ਮੈਨੂਅਲ। ਔਰ ਜੇ ਕਿਸੇ ਮੇਰੇ ਵੀਰ ਨੂੰ ਨਵੀਂ ਵੀ ਥਾਰ ਚਾਹੀਦੀ ਆ, 14,80,000 ਰੁਪਏ ਦੀ ਫਸਟ ਓਨਰ ਤੁਹਾਡੇ ਨਾਂ 'ਤੇ 4x2 ਇੱਕ ਦਿਨ 'ਚ ਥਾਰ ਦੇ ਸਕਦਾ, ਪੂਰੇ ਇੰਡੀਆ 'ਚ ਜਿੱਥੋਂ ਮਰਜ਼ੀ ਆਓ, ਠੀਕ ਹੈ ਜੀ। ਇਹ ਥਾਰਾਂ ਦਾ ਸਟੋਕ ਆਪਣੇ ਕੋਲ ਹਾਜ਼ਰ, ਠੀਕ ਹੈ ਜੀ। ਉਸ ਤੋਂ ਬਾਅਦ ਸਵਿਫਟ ਆਪਾਂ ਕਰਦੇ ਹਾਂ ਜੀ। ਸਵਿਫਟ ਘੱਟ ਤੋਂ ਘੱਟ ਆਪਣੇ ਕੋਲ 20 ਤੋਂ 25 ਸਵਿਫਟਾਂ ਖੜੀਆਂ, 14 ਮਾਡਲ ਤੋਂ ਲੈ ਕੇ 24 ਮਾਡਲ ਤੱਕ ਕੋਈ ਵੀ ਮਾਡਲ ਡੀਜ਼ਲ ਐਂਡ ਪੈਟਰੋਲ, ਨਵੀਂ ਸ਼ੇਪ ਔਰ ਪੁਰਾਣੀ ਸ਼ੇਪ ਦੇ ਵਿੱਚ ਕੋਈ ਵੀ ਤੁਸੀਂ ਦੇਖ ਸਕਦੇ ਹੋ। ਔਰ ਕਲਰ ਦੀ ਚੋਇਸ ਵੀ ਤੁਹਾਨੂੰ ਪੂਰੀ ਮਿਲੇਗੀ, ਸਵਿਫਟ ਵੀ ਮਿਲਣਗੀਆਂ, ਡਿਜ਼ਾਇਰਾਂ ਵੀ ਮਿਲਣਗੀਆਂ। ਦੇਖੋ ਤੁਸੀਂ ਇਹ ਡਿਜ਼ਾਇਰਾਂ ਦਾ ਸਟੋਕ ਆਪਣੇ ਕੋਲ ਸਾਰਾ ਜੀ, SM ਡਿਜ਼ਾਇਰਾਂ ਦਾ ਪੂਰਾ ਫੁੱਲ ਸਟੋਕ ਆ। ਉਸ ਤੋਂ ਬਾਅਦ ਆਪਣਾ ਆ ਗਈਆਂ ਸਲੈਰੀਓ ਜੀ। ਸਲੈਰੀਓ ਵਿੱਚ ਵੀ ਤੁਹਾਨੂੰ ਆਟੋਮੈਟਿਕ ਵੀ ਦੇਵਾਂਗੇ ਔਰ ਮੈਨੂਅਲ 'ਚ ਵੀ ਦੇਵਾਂਗੇ ਜੀ। ਇਹ 'ਚ ਆਪਣੇ ਕੋਲ 16 ਮਾਡਲ ਤੋਂ ਲੈ ਕੇ ਅਤੇ 20 ਮਾਡਲ ਤੱਕ ਸਲੈਰੀਓ ਵੀ ਆਪਣੇ ਕੋਲ ਖੜੀਆਂ ਜੀ। ਔਰ ਕਲਰ ਚੋਇਸ ਵੀ ਮਿਲ ਜਾਏਗੀ, ਸਿਲਵਰ, ਵਾਈਟ, ਗ੍ਰੇ। ਉਸ ਤੋਂ ਬਾਅਦ ਆਪਾਂ ਆ ਗਏ ਜੀ ਆਈਟਨ ਗ੍ਰੈਂਡ ਆਟੋਮੈਟਿਕ, ਠੀਕ ਹੈ ਜੀ। ਸਵਿਫਟ, ਬਲੀਨੋ, ਫਿਰ ਆਈਟਨ ਗ੍ਰੈਂਡ, ਬਲੀਨੋ ਦੇ ਵਿੱਚ ਕਲਰ। ਉਸ ਤੋਂ ਬਾਅਦ ਸਵਿਫਟ ਆ ਗਈ ਜੀ, ਠੀਕ ਹੈ ਜੀ। ਹੋਰ ਆਪਾਂ ਪਿੱਛੇ ਥੋੜ੍ਹਾ ਆ ਜਾਂਦੇ ਜੀ, ਸਵਿਫਟ ਦੇ ਵਿੱਚ ਫੁੱਲ ਲੈਂਸ, ਇਹਦੇ ਵਿੱਚ ਡੀਜ਼ਲ ਐਂਡ ਪੈਟਰੋਲ। ਔਰ ਕਲਰ ਵੀ ਆਪਣੇ ਕੋਲ ਘੱਟ ਘੱਟ 3-4 ਕਲਰ ਹੈ, ਵਾਈਟ, ਗ੍ਰੇ ਕਲਰ।
ਔਰ ਸਿਲਵਰ ਕਲਰ, ਠੀਕ ਹੈ ਜੀ। ਇਹਦੇ ਵਿੱਚ ਵੀ ਆਪਣੇ ਕੋਲ ਆਪਸ਼ਨ ਵੀ ਕਾਫੀ ਕਲਰ ਚੋਇਸ। ਇਹ ਮਾਡਲ 14 ਮਾਡਲ ਤੋਂ ਲੈ ਕੇ 24 ਮਾਡਲ ਤੱਕ ਸਵਿਫਟਾਂ ਆਪਣੇ ਕੋਲ ਖੜੀਆਂ। ਹੁਣ ਆਪਾਂ ਆ ਗਏ ਜੀ ਆਰਟਿਕਾ ਦੇ ਵਿੱਚ, 21 ਮਾਡਲ CNG ਪੈਟਰੋਲ ਔਰ XL6 22 ਐਂਡ 23 ਮਾਡਲ। ਇਹ ਕਾਰਾਂ ਚੱਲੀਆਂ ਸਿਰਫ 15 ਤੋਂ 20 ਹਜ਼ਾਰ, ਚਾਰੇ ਕਾਰਾਂ 15 ਤੋਂ 20 ਹਜ਼ਾਰ ਕਿਲੋਮੀਟਰ ਕਾਰਾਂ ਚੱਲੀਆਂ, ਔਰ ਲਗਭਗ 10 ਲੱਖ ਤੋਂ ਲੈ ਕੇ ਅਤੇ 12-12.5 ਲੱਖ ਤੱਕ ਇਹਦੀ ਕਾਰ ਦੀ ਰੇਂਜ ਆ, ਆਰਟਿਕਾ ਅਤੇ XL6 ਜੀ। ਉਸ ਤੋਂ ਬਾਅਦ ਆ ਗਈ ਜੀ MG ਔਰ ਪੰਚ ਟਾਟਾ ਦੀ, ਅਤੇ ਨੈਕਸਨ ਤੁਸੀਂ ਦੇਖ ਸਕਦੇ ਹੋ, ਇਹ ਆ ਗਈ ਜੀ ਨੈਕਸਨ ਔਰ ਟਾਟਾ ਦੀ ਪੰਚ ਗ੍ਰੇ ਕਲਰ ਦੇ ਵਿੱਚ। ਔਰ ਇਹ ਘੱਟ ਚੱਲੀਆਂ ਕਾਰਾਂ ਜੀ, ਬਿਲਕੁਲ ਬ੍ਰੈਂਡ ਨਿਊ, ਕੁਝ 4-5 ਹਜ਼ਾਰ ਚੱਲੀ, ਕੋਈ 10 ਹਜ਼ਾਰ ਚੱਲੀ, ਇੱਦਾਂ ਦੀਆਂ ਕਾਰਾਂ। ਹੁਣ ਆਪਾਂ ਆ ਗਏ ਮਰੂਤੀ ਦੇ ਬਰੀਜ਼ਾ ਦੇ ਵਿੱਚ ਜੀ। ਬਰੀਜ਼ਾ 'ਚ ਵੀ ਤੁਹਾਨੂੰ ਆਪਾਂ ਦੇ ਦਾਂਗੇ ਫਰੋਂਕਸ, ਜੋ ਕਿ ਨਵੀਂ ਇਸ ਟਾਈਮ ਬਹੁਤ ਵਿਕ ਰਹੀ ਕਾਰ। ਉਸ ਤੋਂ ਬਾਅਦ ਆ ਗਈ ਨਿਊ ਸ਼ੇਪ ਦੀ ਬਰੀਜ਼ਾ, ਕਲਰ ਦੀ ਚੋਇਸ ਵੀ ਤੁਹਾਨੂੰ ਮਿਲ ਜਾਏਗੀ ਐਕਸਟਰਾ। ਪੁਰਾਣੀ ਸ਼ੇਪ ਦੇ ਵਿੱਚ ਬਰੀਜ਼ਾ, ਨਿਊ ਸ਼ੇਪ 'ਚ ਬਰੀਜ਼ਾ, ਇਹਦਾ ਵੀ ਕਲਰ ਚੇਂਜ। ਉਸ ਤੋਂ ਬਾਅਦ ਫਿਰ ਕਲਰ ਚੇਂਜ, ਬਰੀਜ਼ਾ ਨਿਊ ਸ਼ੇਪ ਦੇ ਵਿੱਚ। ਹੁਣ ਥੋੜ੍ਹਾ ਹੋਰ ਪਿੱਛੇ ਚੱਲਦੇ, ਥੋੜ੍ਹਾ ਓਲਡ ਮਾਡਲ ਦੇ ਵਿੱਚ ਆਪਾਂ ਬਰੀਜ਼ਾ ਦੇਖਦੇ ਹਾਂ ਜੀ। ਇਹਦੇ ਵਿੱਚ ਤੁਹਾਨੂੰ ਡੀਜ਼ਲ ਐਂਡ ਪੈਟਰੋਲ ਔਰ 16 ਮਾਡਲ ਤੋਂ ਲੈ ਕੇ ਅਤੇ 21 ਮਾਡਲ ਤੱਕ ਬਰੀਜ਼ਾ, ਇਹ ਸਾਰੀ ਦੀ ਸਾਰੀ ਫੁੱਲ ਲਾਈਨ ਡੀਜ਼ਲ ਐਂਡ ਪੈਟਰੋਲ। ਇਹ ਲਗਭਗ 6.5 ਲੱਖ ਰੁਪਏ ਤੋਂ ਬਰੀਜ਼ਾ ਸਟਾਰਟ ਹੋ ਕੇ ਅਤੇ ਆਪਾਂ 13 ਲੱਖ ਤੱਕ ਪਹੁੰਚ ਜਾਂਦੇ ਜੀ। ਯਾਨੀ ਕਿ 6.5 ਤੋਂ 13 ਲੱਖ ਰੁਪਏ ਤੱਕ ਬਰੀਜ਼ਾ ਕੋਈ ਵੀ ਤੁਸੀਂ, ਪੁਰਾਣੀ ਐਂਡ ਨਵੀਂ ਸ਼ੇਪ ਕੋਈ ਵੀ। ਔਰ ਕਾਰਾਂ ਦੀ ਗਰੰਟੀ ਹੋਏਗੀ ਪੂਰੀ, ਰਿਟਨ 'ਚ ਲਿਖ ਕੇ, ਕੋਈ ਲੱਗੀ ਵੱਜੀ, ਕੋਈ ਮੀਟਰ ਬੈਕ, ਕੋਈ ਪੇਂਟ, ਕੁਛ ਨਿਕਲੇ ਕਾਰ ਵਾਪਸ। ਇਸ ਤੋਂ ਬਾਅਦ I20 ਆ ਗਿਆ ਜੀ ਨਵੀਂ ਸ਼ੇਪ ਦੀਆਂ ਵਿੱਚ, 22, 23, 24 ਮਾਡਲ ਆਟੋਮੈਟਿਕ ਐਂਡ ਮੈਂਡਲ। ਇਹ ਦੇਖੋ ਜੀ ਆਪਣੇ ਕੋਲ 10 I20 ਲੱਗੀਆਂ ਨਿਊ ਸ਼ੇਪ ਦੇ ਵਿੱਚ, ਬੰਪਰ ਟੂ ਬੰਪਰ ਸਾਰੀਆਂ ਕਾਰਾਂ ਰਹੀਆਂ। ਔਰ ਲੋਕਲ ਪੰਜਾਬ ਨੰਬਰ, ਕੋਈ ਨੰਬਰ ਕੱਟ ਕੇ ਨਹੀਂ, ਕੋਈ ਕੁਛ ਨਹੀਂ, ਕੋਈ ਲੱਗੀ ਵੱਜੀ ਨਹੀਂ, ਇੱਦਾਂ ਦੀ ਕੋਈ ਹੇਰਾਫੇਰੀ ਨਹੀਂ। ਔਰ ਕਲਰ ਚੋਇਸ ਵਿੱਚ ਤੁਹਾਨੂੰ 2-3 ਕਲਰਾਂ ਦੀ ਚੋਇਸ ਮਿਲ ਜਾਏਗੀ। ਇਹ 'ਚ ਟੋਪ ਮਾਡਲ ਸਨਰੂਫ ਵਾਲਾ ਮਾਡਲ ਵੀ ਮਿਲ ਜਾਏਗਾ, ਮੈਨੂਅਲ ਵੀ ਮਿਲ ਜਾਏਗੀ, ਆਟੋਮੈਟਿਕ ਵੀ ਮਿਲ ਜਾਏਗੀ। ਹੁਣ ਆਪਾਂ ਆ ਗਏ ਜੀ ਓਲਡ ਮਾਡਲ ਦੇ ਵਿੱਚ I20 'ਚ। ਇਹਦੇ ਵਿੱਚ ਤੁਹਾਨੂੰ ਆਪਾਂ ਇੱਕ ਨਹੀਂ, ਘੱਟੋ ਘੱਟ 25 I20 ਦੇਵਾਂਗੇ। 14 ਮਾਡਲ ਤੋਂ ਲੈ ਕੇ 19 ਮਾਡਲ ਦੇ ਵਿੱਚ ਡੀਜ਼ਲ ਐਂਡ ਪੈਟਰੋਲ ਔਰ ਕਾਰ ਸਟਾਰਟ ਹੋ ਜਾਂਦੀ ਜੇ 4 ਲੱਖ ਰੁਪਏ ਤੋਂ I20 ਸਟਾਰਟ ਹੋ ਕੇ 9 ਲੱਖ ਰੁਪਏ ਤੱਕ ਪੁਰਾਣੀ ਸ਼ੇਪ। ਔਰ ਕਾਰਾਂ ਚੱਲੀਆਂ ਹੋਣਗੀਆਂ ਕੋਈ 20 ਹਜ਼ਾਰ, ਕੋਈ 25 ਹਜ਼ਾਰ, ਕੋਈ 30 ਹਜ਼ਾਰ, ਕੋਈ 35 ਹਜ਼ਾਰ, 50 ਹਜ਼ਾਰ ਤੋਂ ਥੱਲੇ ਥੱਲੇ ਕਹਿਣ ਦਾ ਭਾਵ। ਔਰ ਇਹ ਸਾਰੀਆਂ ਕਾਰਾਂ ਟੋਟਲੀ ਹੀ ਓਰੀਜਨਲ, ਕੋਈ ਰੀਪੇਂਟ ਨਹੀਂ, ਕੋਈ ਲੱਗੀਆਂ ਵੱਜੀਆਂ ਨਹੀਂ, ਜੈਨੂਨ ਪਹਿਲੇ ਨਾਂ 'ਤੇ ਕਾਰਾਂ ਹੋਣਗੀਆਂ, ਓਰੀਜਨਲ ਨੰਬਰਾਂ ਦੀਆਂ ਕਾਰਾਂ ਹੋਣਗੀਆਂ ਜੀ, ਠੀਕ ਹੈ ਜੀ। ਇਹ ਹੁਣ I20 ਦਾ ਆਪਣੇ ਕੋਲ ਸਟੋਕ ਸੀਗਾ। ਹੁਣ ਆਪਾਂ ਆ ਜਾਂਦੇ ਹਾਂ ਜੀ ਹੋਂਡਾ ਐਸਟਮ, ਜੋ ਕਿ ਡੀਜ਼ਲ ਦੇ ਵਿੱਚ ਅਮੇਜ ਕੰਪਨੀ 'ਚੋਂ ਵੀ ਨਹੀਂ ਮਿਲ ਰਹੀ। ਹੋਂਡਾ ਅਮੇਜ 20 ਮਾਡਲ ਡੀਜ਼ਲ ਦੇ ਵਿੱਚ, ਹੋਂਡਾ ਅਮੇਜ 18 ਮਾਡਲ ਡੀਜ਼ਲ ਦੇ ਵਿੱਚ, ਠੀਕ ਹੈ ਜੀ। ਹੋਂਡਾ ਸਿਟੀ ਪੈਟਰੋਲ, ਹੋਂਡਾ ਸਿਟੀ ਪੈਟਰੋਲ, ਇਸ ਤੋਂ ਅੱਗੇ ਹੋਂਡਾ ਸਿਟੀ ਡੀਜ਼ਲ, ਠੀਕ ਹੈ। ਇਹ ਆਪਣੇ ਕੋਲ 5 ਹੋਂਡਾ ਸਿਟੀ 'ਚ ਵੀ ਖੜੀਆਂ ਜੀ। ਹੁਣ ਆਪਾਂ ਵੈਨਿਊ 'ਚ ਆ ਜਾਂਦੇ ਜੀ। ਵੈਨਿਊ ਆਪਣੇ ਕੋਲ ਖੜੀਆਂ ਇਸ ਟਾਈਮ ਜੀ 8 ਵੈਨਿਊ ਖੜੀਆਂ, ਪੈਟਰੋਲ ਐਂਡ ਡੀਜ਼ਲ, 19 ਮਾਡਲ ਤੋਂ ਲੈ ਕੇ 24 ਮਾਡਲ ਤੱਕ ਜੀ। ਹੁਣ ਕਰੇਟਾ ਸਟਾਰਟ ਹੋ ਗਈਆਂ ਜੀ, 18 ਮਾਡਲ ਤੋਂ ਲੈ ਕੇ 24 ਮਾਡਲ ਤੱਕ ਕਰੇਟਾ। ਪੁਰਾਣੀ ਸ਼ੇਪ ਵੀ, ਨਿਊ ਸ਼ੇਪ, ਪੂਰੀ ਦੀ ਪੂਰੀ ਨਵੀਂ ਸ਼ੇਪ ਲਾਈਨ ਆ ਗਈ। ਯਾਨੀ ਕਿ 20 ਮਾਡਲ ਤੋਂ ਲੈ ਕੇ 24 ਮਾਡਲ ਤੱਕ ਆਟੋਮੈਟਿਕ, ਮੈਨੁਅਲ, ਪੈਟਰੋਲ ਐਂਡ ਡੀਜ਼ਲ। ਉਹ ਕਾਰਾਂ ਚੱਲੀਆਂ ਕੋਈ 2 ਹਜ਼ਾਰ, ਕੋਈ 5 ਹਜ਼ਾਰ, ਕੋਈ 10 ਹਜ਼ਾਰ, ਕੋਈ 20 ਹਜ਼ਾਰ, ਇੱਦਾਂ ਕਾਰਾਂ। ਇਸ ਤੋਂ ਬਾਅਦ ਓਲਡ ਸ਼ੇਪ 'ਚ ਵੀ ਆ ਗਈ ਜੀ XX ਮਾਡਲ,
ਔਰ ਇਸ ਤੋਂ ਬਾਅਦ ਫਿਰ ਨਵੀਂ ਸ਼ੇਪ ਵਿੱਚ ਬਲੈਕ ਕਲਰ, ਗ੍ਰੇ ਕਲਰ, ਵਾਈਟ ਕਲਰ, ਇਹ 'ਚ ਆਟੋਮੈਟਿਕ ਮੈਨੂਅਲ, ਫਿਰ ਆਪਣੇ ਕੋਲ ਕ੍ਰੇਟਾ ਆ ਗਈਆਂ ਜੀ। ਇਸ ਤੋਂ ਬਾਅਦ ਆ ਗਿਆ ਜੀ ਹੁਣ ਹਾਈ ਰਾਈਡਰ ਟਵਾਟਾ ਦੀਆਂ, ਅਤੇ ਗ੍ਰੈਂਡ ਵਟਾਰਾ ਆ ਗਈ ਜੀ, ਅਤੇ ਕੀਆ ਦੀਆਂ ਕਾਰਾਂ ਆ ਗਈਆਂ ਆਪਣੇ ਕੋਲ ਜੀ। ਠੀਕ ਹੈ ਜੀ, ਇਸ ਤਰ੍ਹਾਂ ਹਰ ਵਰਾਇਟੀ ਆਪਣੇ ਕੋਲ ਫੁੱਲ ਆ। ਕੋਈ ਵੀ ਵੀਰ ਨੇ ਜਦੋਂ ਮਰਜ਼ੀ ਆਓ, ਸਵੇਰੇ 7 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮੀ ਆਪਣੇ ਕੋਲ ਸਟੋਰ ਓਪਨ ਹੁੰਦਾ, 7 ਦਿਨ ਓਪਨ ਆ। ਭੰਡਾਰੀ ਕਾਰ ਬਜ਼ਾਰ ਡਿਸਟ੍ਰਿਕਟ ਜਲੰਧਰ, ਜਲੰਧਰ ਤੋਂ 20 ਕਿਲੋਮੀਟਰ ਪਠਾਨਕੋਟ ਵਾਲੇ ਰੋਡ 'ਤੇ ਆਪਣਾ ਕਾਰ ਬਜ਼ਾਰ ਹੈ ਜੀ। ਹੁਣ ਉਸ ਤੋਂ ਬਾਅਦ ਮਹਿੰਦਰਾ ਦਾ ਸਟੋਕ ਸ਼ੁਰੂ ਹੋ ਗਿਆ, ਔਰ 24 ਮਾਡਲ ਨਿਊ ਬਲਾਰੋ, ਠੀਕ ਹੈ ਜੀ, 23 ਮਾਡਲ ਇਹ ਕਾਰ ਚੱਲੀ ਸਾਰੀ, ਦੋਨੋਂ ਕਾਰਾਂ ਲਗਭਗ 1-3 ਹਜ਼ਾਰ ਚੱਲੀ ਆ, 1-5 ਹਜ਼ਾਰ ਚੱਲੀ ਆ। ਉਸ ਤੋਂ ਬਾਅਦ ਐਕਸਯੂਵੀ ਆ ਗਈਆਂ ਆਪਣੇ ਕੋਲ 3 ਬਲੈਕ ਕਲਰ ਦੀਆਂ, 2 ਵਾਈਟ ਕਲਰ ਦੀਆਂ ਜੀ। ਇਹ ਇੱਕ ਹੈਗੀ ਆ ਮੇਰੇ ਸਾਹ 16 ਮਾਡਲ, ਇੱਕ 18 ਮਾਡਲ ਆ, ਇੱਕ 15 ਮਾਡਲ। ਉਸ ਤੋਂ ਬਾਅਦ ਜੀ ਆ ਗਈਆਂ ਸਕੋਰਪੀਓ, ਸਕੋਰਪੀਓ ਆਪਣੇ ਕੋਲ ਆ ਗਈ ਜੀ 19 ਮਾਡਲ ਤੋਂ ਲੈ ਕੇ ਅਤੇ 24 ਮਾਡਲ ਤੱਕ, ਵਾਈਟ ਐਂਡ ਬਲੈਕ ਪੂਰੀ ਤੁਸੀਂ ਦੇਖ ਸਕਦੇ ਹੋ। ਸਾਰੀਆਂ ਬ੍ਰੈਂਡ ਨਿਊ ਕਾਰਾਂ, ਇਹ ਸਾਰੀ ਦੀ ਸਾਰੀ ਫੁੱਲ ਵਾਈਟ ਕਲਰ, ਔਰ ਇਸ ਤੋਂ ਬਾਅਦ ਜੀ ਬਲੈਕ ਕਲਰ ਸ਼ੁਰੂ ਹੋ ਗਈ ਜੀ। ਔਰ ਇਸ ਤੋਂ ਬਾਅਦ ਆ ਗਈ ਜੀ ਵਰਨਾ, ਕਹਿੰਦੇ ਵਰਨਾ ਤੇਰੇ ਬਿਨਾਂ ਨਹੀਂ ਸਰਨਾ। ਵਰਨਾ ਦੇ ਵਿੱਚ ਵੀ ਵਾਈਟ ਔਰ ਬਲੈਕ ਕਲਰ ਦੇਵਾਂਗੇ ਜੀ, 5 ਵਰਨਾ ਖੜੀਆਂ। ਔਰ ਨੰਬਰ ਵੀ ਦੇਖੋ ਕਿੰਨੇ ਪਿਆਰੇ ਲੱਗੇ ਆ, 2300, ਠੀਕ ਹੈ ਜੀ, 0012, ਇੱਦਾਂ ਦੇ ਨੰਬਰ, ਔਰ ਲਾਈਟਰ ਐਕਸਟਰਾ ਅਤੇ, ਠੀਕ ਹੈ ਜੀ। ਇਹ ਹੋਂਡਾ ਸਿਟੀ ਸਭ ਤੋਂ ਟੋਪ ਵਾਲਾ ਮਾਡਲ ਹੈ ਜੀ। ਇਹ ਹੈਗੀ ਆ 2022 ਮਾਡਲ, ਜਿਹੜੀ ਕਿ ਨਵੀਂ ਇਸ ਸਮੇਂ 18 ਲੱਖ ਰੁਪਏ ਦੀ ਕਾਰ ਆ। ਨੰਬਰ ਵੀ ਬਹੁਤ ਵਧੀਆ ਲੱਗਾ, 2300। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ, 18 ਲੱਖ ਰੁਪਏ ਦੀ ਕਾਰ ਆ, 12 ਲੱਖ ਰੁਪਏ ਦੇ ਦਾਂਗੇ ਜੀ, 6 ਲੱਖ ਰੁਪਈਆ ਡਿਸਕਾਊਂਟ ਮਿਲੇਗਾ ਇਸ ਕਾਰ 'ਚ, ਠੀਕ ਹੈ। ਔਰ ਵਰਨਾ ਬਲੈਕ ਕਲਰ ਦੀ Z6 Z8 ਲਗਜ਼ਰੀ ਕਾਰਾਂ ਇੱਦਾਂ ਦੀਆਂ, ਇਹ ਵੀ ਤੁਹਾਨੂੰ ਹਾਜ਼ਰ ਭੰਡਾਰੀ ਕਾਰ ਬਜ਼ਾਰ ਦੀ ਇੱਕੋ ਛੱਤ ਦੇ ਥੱਲੇ। ਔਰ ਨਿਊ ਥਾਰ, ਨਿਊ ਸਕੋਰਪੀਓ, ਨਿਊ ਫੋਰਚੂਨਰ, ਨਿਊ ਇਨੋਵਾ, ਹਾਈ ਕ੍ਰੋਸ, ਇੱਦਾਂ ਦੀ ਕੋਈ ਵੀ ਵੇਟਿੰਗ ਵਾਲੀ ਕਾਰ ਚਾਹੀਦੀ ਹੋਵੇ, ਜਦੋਂ ਮਰਜ਼ੀ ਆਪਣੇ ਵੀਰ ਨੂੰ ਯਾਦ ਕਰੋ, ਸੇਮ ਡੇ ਹੀ ਕਾਰ ਲਿਆ ਕੇ ਦੇਵਾਂਗੇ, ਪੂਰੇ ਇੰਡੀਆ 'ਚ ਜਿੱਥੋਂ ਮਰਜ਼ੀ ਲਿਆ ਕੇ ਦੇਵਾਂ। ਕਿਉਂਕਿ ਮੇਰੇ ਵੀਰ ਮੈਨੂੰ ਪਤਾ ਬਹੁਤ ਪਿਆਰ ਕਰਦੇ ਆ, ਔਰ ਬਹੁਤ ਸਾਰੇ ਦੂਰੋਂ ਦੂਰੋਂ ਯਾਦ ਵੀ ਕਰਦੇ ਵੀ ਕਾਰ ਜਿੱਥੋਂ ਮਰਜ਼ੀ ਤੁਸੀਂ ਫੇਰ ਕਰਦੇ ਆ, ਅਤੇ ਮੈਂ ਆਪਣੇ ਵੀਰਾਂ 'ਤੇ ਯਕੀਨ 'ਤੇ ਚੀਜ਼ ਵੀ ਲਿਆ ਕੇ ਦਿੰਦਾ, ਕਿਉਂਕਿ ਸਾਡੇ ਵੀਰ ਬਹੁਤ ਆਸ ਰੱਖ ਕੇ ਸਾਡੇ ਕੋਲ ਆਉਂਦੇ, ਆਪਾਂ ਉਹਨਾਂ ਨੂੰ ਆਸ ਨਹੀਂ ਕਦੇ ਵੀ ਟੁੱਟਣ ਦੇਵਾਂਗਾ। ਔਰ ਇਹ ਅੱਜ ਦਾ ਸਟੋਕ ਤੁਹਾਨੂੰ ਆਪਾਂ ਮੋਟਾ ਮੋਟਾ ਰੂਬਰੂ ਕਰਾਇਆ, ਫੁੱਲ ਸਟੋਕ ਦੇਖਣ ਲਈ ਜਿਹੜੇ ਥੱਲੇ 2 ਨੰਬਰ ਚੱਲਦੇ ਆ, ਇਹਨਾਂ 'ਤੇ ਤੁਸੀਂ ਹਰ ਕਾਰ ਦਾ ਵੇਰਵਾ ਚੈੱਕ ਕਰ ਸਕਦੇ ਹਾਂ। ਔਰ ਥੈਂਕ ਯੂ ਮੇਰੀ ਵੀਡੀਓ ਦੇਖਣ ਵਾਸਤੇ, ਔਰ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵੀਰਾਂ ਨੂੰ, ਤਾਂ ਜੋ ਹੋਰ ਵੀ ਸਾਡੇ ਸੱਜਣ ਜੋ ਕਿ ਸਾਡੇ ਤੋਂ ਦੂਰ ਆ, ਉਹ ਸਾਡੇ ਨਾਲ ਜੁੜਨ ਅਤੇ ਵਧੀਆ ਕਾਰ ਲੈ ਕੇ ਜਾਣ ਆਪਣੇ ਘਰ। ਔਰ ਧੰਨਵਾਦ ਸਾਰਿਆਂ ਵੀਰਾਂ ਦਾ ਜੀ।